ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ, ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਆਪਾਂ ਕਰ ਰਹੇ ਹਾਂ ਜੀ ਪੰਜਾਬੀ ਦੇ ਅਗਲੇ ਪ੍ਰਸ਼ਨ। ਸਾਡਾ ਪਹਿਲਾ ਪ੍ਰਸ਼ਨ ਹੈ ਜੀ, ਰੂਪ ਪੱਖੋਂ ਸ਼ਬਦ ਕਿੰਨੀ ਤਰ੍ਹਾਂ ਦੇ ਹੁੰਦੇ ਹਨ? ਇਹ ਹੁੰਦੇ ਆ ਜੀ ਦੋ ਪ੍ਰਕਾਰ ਦੇ, ਵਿਕਾਰੀ ਅਵਿਕਾਰੀ। ਧਿਆਨ ਦੇ ਨਾਲ ਸਮਝ ਲਵੋ, ਆਪਾਂ ਅੱਠ ਸ਼੍ਰੇਣੀਆਂ ਕਰਦੇ ਹਾਂ ਜੀ। ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸਮਿਕ। ਇਹਨਾਂ ਦੇ ਵਿੱਚੋਂ ਜੋ ਪਹਿਲੀਆਂ ਚਾਰ ਸ਼੍ਰੇਣੀਆਂ, ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ, ਇਹ ਹੁੰਦੇ ਆ ਜੀ ਵਿਕਾਰੀ ਸ਼ਬਦ। ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ। ਜਿਵੇਂ ਘਰ ਇੱਕ ਨਾਮ ਸ਼ਬਦ ਹੈ, ਇਸ ਦੇ ਵਿੱਚ ਅਸੀਂ ਵਿਕਾਰ ਪੈਦਾ ਕਰ ਸਕਦੇ ਹਾਂ, ਘਰਾਂ, ਘਰੋਂ, ਘਰੀ, ਠੀਕ ਹੈ ਜੀ। ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸਮਿਕ, ਇਹ ਹੁੰਦੇ ਆ ਆਵਿਕਾਰੀ, ਅਵਿਕਾਰੀ। ਜਿਵੇਂ ਨੇ, ਨੂੰ, ਇਹਨਾਂ ਨੂੰ ਅਸੀਂ ਇਸੇ ਤਰ੍ਹਾਂ ਹੀ ਪ੍ਰਯੋਗ ਕਰਦੇ ਹਾਂ, ਠੀਕ ਹੈ ਜੀ। ਇਹਨਾਂ ਦੇ ਵਿੱਚ ਅਸੀਂ ਵਿਕਾਰ ਪੈਦਾ ਨਹੀਂ ਕਰ ਸਕਦੇ। ਇਹ ਦੋਨੇ ਹੀ ਪ੍ਰਸ਼ਨ ਧਿਆਨ ਦੇ ਨਾਲ ਸਮਝ ਲੈਣਾ। ਭਾਵਾਂਸ਼ ਕਿੰਨੀ ਤਰ੍ਹਾਂ ਦੇ ਹੁੰਦੇ ਹਨ? ਭਾਵਾਂਸ਼ ਹੁੰਦੇ ਆ ਜੀ ਦੋ ਤਰ੍ਹਾਂ ਦੇ, ਸੁਤੰਤਰ ਭਾਵਾਂਸ਼ ਅਤੇ ਬੰਦੇਜੀ ਭਾਵਾਂਸ਼। ਇੱਕ ਬੰਨੇ ਹੋਏ ਹੁੰਦੇ ਆ, ਇੱਕ ਸੁਤੰਤਰ ਵਿਚਰਦੇ ਆ। ਘਰ ਸ਼ਬਦ ਦੀ ਗੱਲ ਕਰੀਏ ਤਾਂ ਇਹ ਹੈਗਾ ਜੀ ਸਾਡਾ ਸੁਤੰਤਰ ਭਾਵਾਂਸ਼, ਅੱਗੇ ਇਸਦੇ ਹੋਰ ਹਿੱਸੇ ਨਹੀਂ ਕੀਤੇ ਜਾ ਸਕਦੇ। ਘਰੋਂ ਸ਼ਬਦ ਦੇ ਵਿੱਚ ਨਾਲ ਲੱਗਿਆ ਹੋਇਆ ਓਂ, ਤਾਂ ਇਸ ਦਾ ਮਤਲਬ ਇਹ ਹੈਗਾ ਜੀ ਬੰਦੇਜੀ ਭਾਵਾਂਸ਼। ਇਸ ਤੋਂ ਬਿਨਾਂ ਓਂ ਘਰੀ ਬਣਾ ਦਈਏ ਤਾਂ ਈ ਸ਼ਬਦ ਇਸ ਦੇ ਵਿੱਚ ਬੰਦੇਜੀ ਹੋਵੇਗਾ, ਠੀਕ ਹੈ ਜੀ। ਅਤੇ ਆਪਾਂ ਯਾਦ ਰੱਖਣਾ, ਜਿਹੜੇ ਭਾਵਾਂਸ਼ ਹੁੰਦੇ ਆ ਜੀ, ਇਹ ਹੁੰਦੀਆਂ ਸਾਰਥਕ ਧੁਨੀਆਂ। ਮਤਲਬ ਈ ਸ਼ਬਦ ਹੈ ਜਾਂ ਓਂ ਸ਼ਬਦ ਹੈ, ਇਹ ਹੈਗਾ ਜੀ ਸਾਰਥਕ ਧੁਨੀ, ਠੀਕ ਹੈ ਜੀ। ਇਹ ਆਪਣੇ ਆਪ ਵਿੱਚ ਅਰਥ ਰੱਖਦੇ ਆ। ਅਗਲੇ ਪ੍ਰਸ਼ਨ ਹੈ ਜਿਹੜੇ ਜੀ, ਇਹ ਧਿਆਨ ਦੇ ਨਾਲ ਸਮਝਣਾ। ਪਿਛੇਤਰ ਕਿੰਨੀ ਤਰ੍ਹਾਂ ਦੇ ਹੁੰਦੇ ਹਨ? ਪਿਛੇਤਰ ਹੁੰਦੇ ਆ ਜੀ ਦੋ ਤਰ੍ਹਾਂ ਦੇ, ਵਿਉਤਪਤ ਅਤੇ ਰੂਪਾਂਤਰੀ। ਵਿਉਤਪਤ ਪਿਛੇਤਰ, ਰੂਪਾਂਤਰੀ ਪਿਛੇਤਰ। ਜਿਹੜੇ ਰੂਪਾਂਤਰੀ ਪਿਛੇਤਰ ਹੈ ਜੀ, ਇਹ ਹੁੰਦੇ ਆ ਸ਼੍ਰੇਣੀ ਰੱਖਿਅਕ ਸ਼ਬਦ। ਧਿਆਨ ਦੇ ਵਿੱਚ ਰੱਖੋ, ਆਪਾਂ ਗੱਲ ਕਰ ਰਹੇ ਹਾਂ ਰੂਪਾਂਤਰੀ ਪਿਛੇਤਰਾਂ ਦੀ, ਆਪਾਂ ਇਹਨਾਂ ਦੀ ਗੱਲ ਨਹੀਂ ਕੀਤੀ। ਰੂਪਾਂਤਰੀ ਪਿਛੇਤਰ ਹੁੰਦੇ ਆ ਜਿਹੜੇ ਜੀ, ਇਹ ਹੁੰਦੇ ਆ ਸ਼੍ਰੇਣੀ ਰੱਖਿਅਕ। ਇਹਨਾਂ ਬਾਰੇ ਆਪਾਂ ਚਰਚਾ ਨਹੀਂ ਕਰ ਰਹੇ। ਰੂਪਾਂਤਰੀ ਪਿਛੇਤਰ ਹੈ, ਜਿਹੜਾ ਰੂਪਾਂਤਰੀ ਪਿਛੇਤਰ ਹੁੰਦਾ ਜੀ, ਇਹ ਹੁੰਦਾ ਸ਼੍ਰੇਣੀ ਰੱਖਿਅਕ, ਠੀਕ ਹੈ ਜੀ। ਮਤਲਬ ਸ਼੍ਰੇਣੀ ਦੀ ਰੱਖਿਆ ਕਰਦਾ, ਉਸਨੂੰ ਬਦਲਣ ਨਹੀਂ ਦਿੰਦਾ। ਸ਼੍ਰੇਣੀਆਂ ਜਿਵੇਂ ਆਪਾਂ ਉੱਪਰ ਕਰਕੇ ਆਏ ਹਾਂ, ਨਾਮ, ਪੜਨਾਮ, ਵਿਸ਼ੇਸ਼ਣ, ਕਿਰਿਆ, ਠੀਕ ਹੈ ਜੀ, ਇਹ ਹੁੰਦੀਆਂ ਸ਼੍ਰੇਣੀਆਂ ਸ਼ਬਦ ਦੀਆਂ। ਅਤੇ ਇਹਨਾਂ ਦੀ ਇਹ ਰੱਖਿਆ ਕਰਦਾ ਜਿਹੜਾ ਰੂਪਾਂਤਰੀ ਪਿਛੇਤਰ ਹੈ। ਅੱਗੇ ਆਪਾਂ ਸਮਝ ਰਹੇ ਹਾਂ, ਮੋਰਨੀ ਸ਼ਬਦ ਵਿੱਚ ਪਿਛੇਤਰ ਦੀ ਕਿਸਮ ਹੈ ਸ਼੍ਰੇਣੀ ਰੱਖਿਅਕ। ਮੋਰਨੀ ਸ਼ਬਦ ਦੇ ਵਿੱਚ ਪਿਛੇਤਰ ਲੱਗਿਆ ਨੀ, ਮਤਲਬ ਮੋਰ ਦੇ ਨਾਲ ਨੀ ਲਾ ਕੇ ਮੋਰਨੀ ਬਣਾਇਆ ਗਿਆ। ਅਤੇ ਮੋਰ ਸ਼ਬਦ ਦਾ ਜਿਹੜਾ ਇਹ ਨਾਮ ਹੈ, ਅਤੇ ਮੋਰਨੀ ਸ਼ਬਦ ਵੀ ਨਾਮ ਹੈ, ਮਤਲਬ ਸ਼੍ਰੇਣੀ ਨਹੀਂ ਬਦਲੀ ਇੱਥੇ, ਠੀਕ ਹੈ ਨਾ। ਸ਼੍ਰੇਣੀ ਨਹੀਂ ਬਦਲੀ, ਨਾਮ ਨਾਮ ਹੀ ਰਿਹਾ, ਇਸ ਕਰਕੇ ਇਹ ਹੈਗਾ ਜੀ ਸ਼੍ਰੇਣੀ ਰੱਖਿਅਕ। ਇੱਥੇ ਕਲੀਅਰ ਹੋ ਗਿਆ ਨਾ ਜੀ, ਆਪਾਂ ਕੀਤਾ ਰੂਪਾਂਤਰੀ ਸ਼੍ਰੇਣੀ ਰੱਖਿਅਕ ਹੁੰਦੇ ਆ, ਇੱਥੇ ਆਪਾਂ ਸ਼੍ਰੇਣੀ ਰੱਖਿਅਕ ਦੀ ਇੱਕ ਉਦਾਹਰਣ ਲਈ ਹੈ, ਤਾਂ ਜੋ ਤੁਸੀਂ ਚੰਗੀ ਤਰ੍ਹਾਂ ਸਮਝ ਲਵੋ। ਸੁੰਦਰ ਤੋਂ ਸੁੰਦਰਤਾ ਵਿੱਚ ਸ਼੍ਰੇਣੀ ਦੀ ਕਿਸਮ ਹੈ, ਠੀਕ ਹੈ ਜੀ, ਸ਼੍ਰੇਣੀ ਬਦਲੋ। ਸੁੰਦਰ ਦੀ ਗੱਲ ਕਰੀਏ ਤਾਂ ਇਹ ਇੱਕ ਨਾਮ ਹੈ ਜੀ, ਠੀਕ ਹੈ। ਅਤੇ ਸੁੰਦਰਤਾ ਬਣ ਜਾਂਦਾ ਵਿਸ਼ੇਸ਼ਣ, ਮਤਲਬ ਨਾਮ ਨੂੰ ਵਿਸ਼ੇਸ਼ਣ ਕਰ ਦਿੱਤਾ, ਠੀਕ ਹੈ। ਅਤੇ ਇਸ ਲਈ ਇਹ ਹੈਗਾ ਸ਼੍ਰੇਣੀ ਬਦਲੋ। ਜੋ ਪਿਛੇਤਰ ਲੱਗਿਆ ਇਸ ਦੇ ਵਿੱਚ ਤੱਤੇ ਕੰਨਾ, ਤਾਂ ਇਸ ਨੇ ਨਾਮ ਨੂੰ ਬਦਲ ਦਿੱਤਾ ਵਿਸ਼ੇਸ਼ਣ ਦੇ ਵਿੱਚ। ਜੱਟ ਤੋਂ ਜੱਟੀ ਪਿਛੇਤਰ ਦੀ ਕਿਸਮ ਹੈ, ਇਹ ਹੈਗੀ ਹੈ ਸ਼੍ਰੇਣੀ ਰੱਖਿਅਕ। ਜੱਟ ਵੀ ਨਾਮ ਹੈ, ਜੱਟੀ ਵੀ ਇੱਕ ਨਾਮ ਸ਼ਬਦ ਹੈ। ਅਤੇ ਯਾਦ ਰੱਖੋ, ਈ ਇਸਤਰੀ ਲਿੰਗ ਵਾਲੇ ਸਾਰੇ ਹੀ ਸ਼ਬਦ ਜਿਹੜੇ ਸ਼੍ਰੇਣੀ ਰੱਖਿਅਕ ਦੇ ਵਿੱਚ ਆ ਜਾਂਦੇ ਆ। ਨਾਮ ਨੂੰ ਨਾਮ ਹੀ ਰਹਿਣ ਦਿੱਤਾ ਪਿਛੇਤਰ ਨੇ, ਤਾਂ ਸ਼੍ਰੇਣੀ ਰੱਖਿਅਕ। ਜੇ ਪਿਛੇਤਰ ਲਾਉਣ ਦੇ ਨਾਲ ਸ਼ਬਦ ਦੀ ਸ਼੍ਰੇਣੀ ਬਦਲ ਜਾਵੇ ਤਾਂ ਉਹ ਆ ਜਾਂਦੇ ਆ ਜੀ ਸ਼੍ਰੇਣੀ ਬਦਲੋ। ਸੁੰਦਰ ਤੋਂ ਸੁੰਦਰਤਾ, ਨਾਮ ਤੋਂ ਵਿਸ਼ੇਸ਼ਣ ਕਰ ਦਿੱਤਾ। ਜੱਟ ਤੋਂ ਜੱਟੀ, ਨਾਮ ਨੂੰ ਨਾਮ ਹੀ ਰਹਿਣ ਦਿੱਤਾ, ਪਿਛੇਤਰ ਨੇ ਆਪਣਾ ਕੰਮ ਵੀ ਕੀਤਾ ਪਰ ਸ਼੍ਰੇਣੀ ਨਹੀਂ ਬਦਲੀ, ਤਾਂ ਸ਼੍ਰੇਣੀ ਰੱਖਿਅਕ। ਅਤੇ ਸ਼੍ਰੇਣੀ ਰੱਖਿਅਕ ਆਪਾਂ ਕੀਤੇ ਸੀਗੇ ਰੂਪਾਂਤਰੀ ਉੱਪਰ। ਅਗਲਾ ਸ਼ਬਦ ਹੈ ਜੀ ਸਾਡਾ ਬੇ। ਬੇ ਅਗੇਤਰ ਕਿਹੜੀ ਕਿਸਮ ਦਾ ਹੈ? ਜਿਹੜਾ ਬੇ ਹੈ ਜੀ, ਇਹ ਹੈਗਾ ਸ਼੍ਰੇਣੀ ਬਦਲੋ, ਇਹ ਤੁਹਾਨੂੰ ਪੁੱਛਿਆ ਜਾ ਸਕਦਾ ਜੀ, ਠੀਕ ਹੈ।
ਬੇਸ਼ਬਦ ਸ਼੍ਰੇਣੀ ਬਦਲ ਦਿੰਦਾ ਹੈ ਅਕਲ ਤੋਂ ਬੇਅਕਲ। ਅਕਲ ਤਾਂ ਇੱਕ ਨਾਮ ਸ਼ਬਦ ਹੈ, ਠੀਕ ਹੈ ਜੀ, ਮਤਲਬ ਭਾਵਵਾਚਕ ਨਾਮ ਹੈ, ਅਤੇ ਬੇਅਕਲ ਹੁੰਦਾ ਕੋਈ ਬੇਅਕਲ ਹੋਵੇ ਤਾਂ ਅਸੀਂ ਉਸਦੀ ਵਿਸ਼ੇਸ਼ਤਾ ਦੱਸਦੇ ਹਾਂ, ਮਤਲਬ ਵਿਸ਼ੇਸ਼ਣ ਕਰ ਦਿੱਤਾ। ਬੇਸ਼ਬਦ ਨਾਮ ਨੂੰ ਇੱਥੇ ਵਿਸ਼ੇਸ਼ਣ ਕਰ ਰਿਹਾ, ਨਾਮ ਨਹੀਂ ਰਿਹਾ, ਠੀਕ ਹੈ ਨਾ। ਤਾਂ ਇਸ ਲਈ ਇਹ ਹੈਗਾ ਸ਼੍ਰੇਣੀ ਬਦਲੂ। ਸਾਡਾ ਅਗਲਾ ਪ੍ਰਸ਼ਨ ਹੈ ਜੀ, ਦਰਿਆਏ ਹਕੀਕਤ ਕਿਸ ਕਵੀ ਦੇ ਦੋੜਿਆਂ ਨੂੰ ਕਿਹਾ ਜਾਂਦਾ ਹੈ? ਹਾਸ਼ਮ। ਇਹ ਯਾਦ ਰੱਖਣਾ ਜੀ, ਤੈਨੂੰ ਹੁਸਨ ਖਰਾਬ ਕਰੇਂਦਾ ਮੈਨੂੰ ਸਮਝ ਸਤਾਇਆ, ਇਹ ਕਿਹਾ ਜੀ ਹਾਸ਼ਮ ਨੇ, ਇਹ ਵੀ ਯਾਦ ਰੱਖਣਾ। ਅਖੀਰ ਦੇ ਉੱਪਰ ਆਪਾਂ ਯਾਦ ਕਰ ਰਹੇ ਹਾਂ ਜੀ ਇੱਕ ਤੁਕ ਸਿੱਧੀ ਸਾਧੀ, ਸ਼ਬਦ ਵਿੱਚ ਵਿਉਂਤਪਤ ਅਤੇ ਰੂਪਾਂਤਰੀ ਪਿਛੇਤਰ ਇਕੱਠੇ ਹੋਣ ਤਾਂ, ਮਤਲਬ ਵਿਉਂਤਪਤ ਅਤੇ ਰੂਪਾਂਤਰੀ ਪਿਛੇਤਰ ਇਕੱਠੇ ਆ ਜਾਣ ਤਾਂ ਵਿਉਂਤਪਤ ਜਿਹੜਾ ਪਿਛੇਤਰ ਹੈ ਜੀ ਇਹ ਪਹਿਲਾਂ ਆਵੇਗਾ, ਠੀਕ ਹੈ, ਵਿਉਂਤਪਤ ਪਿਛੇਤਰਾਂ ਦੀ ਵਰਤੋਂ ਪਹਿਲਾਂ ਹੁੰਦੀ ਹੈ। ਠੀਕ ਹੈ ਜੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ, ਅਤੇ ਅਖੀਰ 'ਤੇ ਜਾਂਦੇ ਹੋਏ ਤੁਸੀਂ ਇੱਕ ਪ੍ਰਸ਼ਨ ਦਾ ਉੱਤਰ ਦੇ ਦੇਣਾ, ਠੀਕ ਹੈ ਜੀ। ਲਿਖ ਤੋਂ ਲਿਖਵਾ, ਠੀਕ ਹੈ ਜੀ, ਪਿਛੇਤਰ ਕਿਹੜੀ ਕਿਸਮ ਦਾ? ਲਿਖ ਤੋਂ ਲਿਖਵਾ, ਠੀਕ ਹੈ ਜੀ, ਇਸ ਦਾ ਉੱਤਰ ਜ਼ਰੂਰ ਦੇਣਾ। ਅਤੇ ਅਖੀਰ 'ਤੇ ਤੁਹਾਨੂੰ ਮੈਂ ਦੱਸ ਦੇਵਾਂ ਕਿ ਇਸ ਤਰ੍ਹਾਂ ਦਾ ਪ੍ਰਸ਼ਨ ਕਦੇ ਪੇਪਰ ਦੇ ਵਿੱਚ ਪੁੱਛਿਆ ਨਹੀਂ ਗਿਆ, ਅਤੇ ਆਪਾਂ ਜੋ ਵੀ ਔਖੇ ਔਖੇ ਪ੍ਰਸ਼ਨ ਸੀ ਇਸ ਵਿਸ਼ੇ ਦੇ ਨਾਲ ਸੰਬੰਧਿਤ ਉਹ ਆਪਾਂ ਕਰ ਲਏ, ਦੋ ਚਾਰ ਹੋਰ ਬਚਦੇ ਆ ਤੁਹਾਨੂੰ ਜ਼ਰੂਰ ਕਰਵਾ ਦੇਵਾਂਗਾ। ਤੁਸੀਂ ਇਸ ਤਰ੍ਹਾਂ ਦੇ ਪ੍ਰਸ਼ਨ ਲੱਭ ਲੱਭ ਕੇ ਆਪਣਾ ਸਮਾਂ ਬਰਬਾਦ ਨਾ ਕਰਨਾ, ਠੀਕ ਹੈ, ਜੋ ਤਿਆਰੀ ਤੁਸੀਂ ਕਰ ਰਹੇ ਹੋ ਉਸੇ ਤਰ੍ਹਾਂ ਤਿਆਰੀ ਕਰਦੇ ਰਹੋ, ਮੈਂ ਆਪਣੇ ਹਿਸਾਬ ਦੇ ਨਾਲ ਤੁਹਾਨੂੰ ਇਹ ਪ੍ਰਸ਼ਨ ਕਰਵਾ ਦਿੱਤੇ, ਠੀਕ ਹੈ ਜੀ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ।